ਸਤਿ ਸ਼੍ਰੀ ਅਕਾਲ ਜੀ, ਹੋਪ ਯੂ ਆਲ ਆਰ ਡੂਇੰਗ ਵੈਲ। ਅੱਜ ਅਸੀਂ ਗੱਲ ਕਰਨ ਵਾਲੇ ਹਾਂ ਅਗੇਨ ਤੁਹਾਡੇ ਫੇਵਰੇਟ ਟੌਪਿਕ ਟਰਬਨ ਦੇ ਬਾਰੇ। ਅਸੀਂ ਗੱਲ ਕਰਾਂਗੇ ਲਾਈਟ ਟਰਬਨ ਸ਼ੇਡਸ ਦੇ ਬਾਰੇ। ਸਿਰਫ ਅਤੇ ਸਿਰਫ ਇਸ ਵੀਡੀਓ ਨੂੰ ਬਣਾਉਣ ਦੇ ਦੋ ਮੋਟਿਵ ਨੇ, ਦੋ ਖਾਸ ਮੋਟਿਵ। ਕਿਹੜੇ ਨੇ? ਨੰਬਰ ਵਨ, ਟਰਬਨ ਟੌਪਿਕ ਬਹੁਤ ਵਾਸਟ ਆ, ਬਿਕੋਜ਼ ਰੰਗ ਹੀ ਬਹੁਤ ਸਾਰੇ ਨੇ। ਸੋ ਆਪਾਂ ਸਭ ਤੋਂ ਪਹਿਲਾਂ ਕੀ ਕੀਤਾ, ਇੱਕ ਸਪੈਸੀਫਿਕ ਟੌਪਿਕ ਚੂਜ਼ ਕੀਤਾ ਲਾਈਟ ਟਰਬਨ ਕਲਰਸ ਦੇ ਬਾਰੇ। ਤੁਸੀਂ ਜੇ ਕੱਲ੍ਹ ਨੂੰ ਇਨ ਫਿਊਚਰ ਤੁਹਾਡੇ ਕੋਈ ਘਰ ਫੰਕਸ਼ਨ ਹੈ, ਦੋਸਤ ਘਰ ਆ, ਰਿਸ਼ਤੇਦਾਰ ਘਰ ਆ, ਕੋਈ ਫੰਕਸ਼ਨ ਹੈਗਾ, ਤੁਹਾਨੂੰ ਕਨਫਿਊਜ਼ਨ ਹੋ ਰਹੀ ਕਿ ਮੈਂ ਪੱਗ ਕਿਹੜੀ ਬਾਈ ਕਰਾਂ ਲਾਈਟ ਕਲਰ ਦੀ, ਤੁਸੀਂ ਡਾਇਰੈਕਟਲੀ ਸਰਚ ਕਰੋਗੇ ਯੂਟਿਊਬ 'ਤੇ ਸੰਤ ਵਿੰਦਰ ਸਿੰਘ ਵੜੈਚ ਚੈਨਲ, ਤੁਹਾਨੂੰ ਡਾਇਰੈਕਟਲੀ ਉੱਥੇ ਵੀਡੀਓ ਪਾਈ ਮਿਲੂਗੀ ਟਰਬਨ ਕਲਰ ਬਾਰੇ, ਜਿਹੜੇ ਪੇਸਟਲ ਸ਼ੇਡਸ ਦੇ ਹੁੰਦੇ ਨੇ। ਸੋ ਆਪਾਂ ਸਭ ਤੋਂ ਪਹਿਲਾਂ ਸਿੰਪਲ ਐਂਡ ਸਟ੍ਰੇਟ ਕਰਤਾ। ਮੋਟਿਵ ਨੰਬਰ 2 ਇਜ਼ ਟੂ ਮੇਕ ਯੂ ਕਲੀਅਰ ਐਂਡ ਡਿਫਾਈਨਡ ਕਿ ਆਪਾਂ ਕਿਹੜੀ ਚੀਜ਼ ਬਾਏ ਕਰਨੀ ਆ। ਹੁਣ ਦੇਖੋ, ਤੁਸੀਂ ਕਿਸੇ ਸ਼ੋਪ 'ਤੇ ਜਾ ਰਹੇ ਹੋ, ਟਰਬਨ ਸ਼ੋਪ ਆ ਪ੍ਰੋਪਰ, ਜਿੱਥੇ ਪੱਗਾਂ ਪਈਆਂ ਨੇ, ਪੱਗਾਂ ਬਹੁਤ ਸਾਰੀਆਂ ਪਈਆਂ ਹੋਣਗੀਆਂ, ਬਹੁਤ ਤਰ੍ਹਾਂ ਦੇ ਰੰਗ ਪਏ ਹੋਣਗੇ, ਉੱਥੇ ਤੁਹਾਨੂੰ ਚੂਜ਼ ਕਰਨਾ ਉੱਥੇ ਔਖਾ ਲੱਗੂਗਾ ਖੜ੍ਹੇ ਹੋ ਕੇ ਮੈਂ ਪੱਗ ਕਿਹੜੀ ਬਾਏ ਕਰਾਂ, ਕਿਉਂਕਿ ਤੁਸੀਂ ਕਦੇ ਪੱਗ ਕਦੇ ਬੰਨੀ ਦੇਖੀ ਨਹੀਂ ਹੈਗੀ। ਤੁਸੀਂ ਇਮੈਜਿਨ ਕਰੋਗੇ ਕਿ ਯਾਰ ਮੇਰੀ ਪੱਗ ਬੰਨੀ ਆ ਸਹੀ ਲੱਗੂਗੀ ਸ਼ਾਇਦ, ਜਾਂ ਪੱਗ ਸਹੀ ਮੈਨੂੰ ਉਹ ਲੱਗੂਗੀ। ਤੁਸੀਂ ਜੇ ਕਦੇ ਮੇਰੀ ਪੱਗ ਬੰਨੀ ਦੇਖੀ ਹੋਊਗੀ, ਤੁਹਾਨੂੰ ਬਾਏ ਕਰਨਾ ਈਜ਼ੀ ਹੋ ਜੂਗਾ। ਸੋ ਕਹਿਣ ਦੀ ਗੱਲ ਇਹ ਆ, ਆਪਾਂ ਬਹੁਤ ਸਾਰੇ ਪੱਗਾਂ ਦੇ ਰੰਗਾਂ ਵਿੱਚੋਂ ਸਪੈਸੀਫਿਕਲੀ ਕੋਈ ਟਰਬਨ ਚੂਜ਼ ਕੀਤੀਆਂ ਨੇ ਇਸ ਸਾਲ ਦੀ ਕਲੈਕਸ਼ਨ ਵਾਸਤੇ, ਤੁਹਾਡੇ ਵਾਸਤੇ ਬਾਏ ਸ਼ੋਪਿੰਗ ਕਰਨਾ ਬਹੁਤ ਈਜ਼ੀ ਹੋ ਜੂਗਾ। ਤੁਸੀਂ ਸਮਾਰਟਲੀ ਇਨਵੈਸਟ ਕਰੋਗੇ, ਬਿਕੋਜ਼ ਟਰਬਨ ਇੱਕ ਇਨਵੈਸਟਮੈਂਟ ਆ। ਚੀਜ਼ ਥੋੜ੍ਹੀ ਮਹਿੰਗੀ ਆ ਜੇ, ਬਟ ਉਹ ਕਲਰ ਵਧੀਆ ਐਂਡ ਸਦਾ ਬਹਾਰ ਹੋਵੇ, ਉਹਦੇ ਬੇਸਿਸ 'ਤੇ ਆਪਾਂ ਵੀਡੀਓ ਬਣਾਈ ਆ। ਸੋ ਯੂ ਹੈਵ ਟੂ ਬੀ ਅ ਸਮਾਰਟ ਕਸਟਮਰ। ਲੈਟਸ ਬਿਗਿਨ ਟੂਡੇਜ਼ ਵੀਡੀਓ। ਅੱਜ ਅਸੀਂ ਗੱਲ ਕਰਾਂਗੇ ਪੇਸਟਲ ਕਲਰਸ ਦੇ ਬਾਰੇ, ਸਿਰਫ ਅਤੇ ਸਿਰਫ ਲਾਈਟ ਪੇਸਟਲ ਟਰਬਨ ਸ਼ੇਡਸ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਕਲੀਅਰਲੀ ਮੈਂਸ਼ਨ ਕਰ ਦਿੰਦਾ, ਮੇਰੀਆਂ ਸਾਰੀਆਂ ਪੱਗਾਂ ਦੀ ਲੈਂਥ ਇਜ਼ 7.30 meters, ਅਤੇ ਸਾਰੀਆਂ ਪੱਗਾਂ ਦਾ ਮਟੀਰੀਅਲ ਇਜ਼ ਫੁੱਲ ਵੋਇਲ, ਡਬਲ ਪੱਗ ਹੈ ਜੀ ਆ, ਇੱਕ ਧਿਆਨ ਰੱਖਿਓ। ਤੁਸੀਂ ਮੈਨੂੰ ਕਮੈਂਟਸ 'ਤੇ ਪੁੱਛਦੇ ਹੁੰਦੇ ਹੋ ਲੈਂਥ ਕਿੰਨੀ ਹੈ, ਮਟੀਰੀਅਲ ਕਿਹੜਾ, ਸੋ ਇਟਸ ਡਿਫਾਈਂਡ ਨਾਓ। ਪੱਗ ਦੀ ਲੈਂਥ 7.30 meters ਐਂਡ ਇਟਸ ਫੁੱਲ ਵੋਇਲ। ਲੈਟਸ ਬਿਗਿਨ ਟੁਡੇਜ਼ ਵੀਡੀਓ। ਟਰਬਨ ਨੰਬਰ 1 ਇਜ਼ ਲਾਈਟ ਪਰਪਲ ਟਰਬਨ। ਇਫ ਯੂ ਰਿਮੈਂਬਰ, ਆਪਣੀ ਲਾਸਟ ਵੀਡੀਓ ਵਿੱਚ ਮੈਂ ਬੰਨੀ ਸੀ ਪੱਗ ਡਾਰਕ ਪਰਪਲ। ਬਹੁਤ ਸਾਰੇ ਕਮੈਂਟਸ ਆਏ ਸੀਗੇ ਕਿ ਭਾਜੀ ਸਾਨੂੰ ਸੂਟ ਨਹੀਂ ਕਰਦੀ ਪੱਗ ਡਾਰਕ, ਲਾਈਟ ਅਸੀਂ ਬਣ ਸਕਦੇ ਹਾਂ ਜਾਂ ਨਹੀਂ। ਸੋ ਡੈਫੀਨੇਟਲੀ ਆਂਸਰ ਹੈਗਾ ਯੈਸ, ਆਹ ਹੈਗੀ ਹੈ ਜੀ ਪੱਗ ਲਾਈਟ ਪਰਪਲ, ਤੁਸੀਂ ਡੈਫੀਨੇਟਲੀ ਬਣ ਸਕਦੇ ਹੋ। ਪੱਗ ਦਾ ਰੰਗ ਬਹੁਤ ਸੋਹਣਾ, ਬਹੁਤ ਡਿਫਰੈਂਟ ਵੀ ਆ, ਐਂਡ ਡੈਫੀਨੇਟਲੀ ਆਪਣੀ ਸਮਰ ਵਾਸਤੇ ਇਹ ਕਲਰ ਟੌਪ 'ਤੇ ਰਹਿਣਾ ਆ। ਦਿਸ ਇਜ਼ ਲਵੈਂਡਰ ਪਰਪਲ ਕਲਰ, ਬਹੁਤ ਸੋਹਣਾ ਕਲਰ ਹੈ, ਡੈਫੀਨੇਟਲੀ ਟਰਾਈ ਕਰਿਓ, ਆਪਣੀ ਕਲੈਕਸ਼ਨ ਵਿੱਚ ਜ਼ਰੂਰ ਐਡ ਕਰਨ ਦੀ ਕੋਸ਼ਿਸ਼ ਕਰਿਓ ਇਸ ਕਲਰ ਨੂੰ। ਟਰਬਨ ਕਲਰ ਨੰਬਰ 2 ਇਜ਼ ਗ੍ਰੀਨ ਟਰਬਨ। ਹੁਣ ਮੈਂ ਗ੍ਰੀਨ ਕੋ ਯੂਜ਼ ਕਰ ਰਿਹਾ ਬਿਕੋਜ਼ ਇਸ ਦੇ ਵਿੱਚ ਨਾ ਦੋ ਪੱਗਾਂ ਦੇ ਰੰਗ ਆਉਣਗੇ ਡਿਫਰੈਂਟ ਡਿਫਰੈਂਟ ਗ੍ਰੀਨ ਸ਼ੇਡਸ ਦੇ। ਨੰਬਰ 1 ਇਜ਼ ਦਿਸ ਇਜ਼ ਓਲਿਵ ਗ੍ਰੀਨ ਟਰਬਨ ਕਲਰ। ਹੁਣ ਤੁਸੀਂ ਇਸ ਰੰਗ ਦੀ ਖਾਸੀਅਤ ਪੁੱਛੋਗੇ ਨਾ ਮੈਨੂੰ, ਮੈਨੂੰ ਲੱਗਦਾ ਵੀ ਗ੍ਰੀਨ ਟਰਬਨ ਨੂੰ ਬਲੈਕ ਸੂਟ ਦੇ ਨਾਲ ਵੇਅਰ ਕਰਨਾ ਨਾ ਬਹੁਤ ਇੱਕ ਡਿਫੀਕਲਟ ਟਾਸਕ ਹੁੰਦਾ ਆ, ਕਿਉਂਕਿ ਟਾਈ ਗ੍ਰੀਨ, ਸੋਚੋ ਇਮੈਜਿਨ ਕਰੋ ਟਰਬਨ ਗ੍ਰੀਨ ਐਂਡ ਸੂਟ ਬਲੈਕ, ਨਹੀਂ ਉਹ ਮਿਕਸਅਪ ਜਿਹਾ ਨਹੀਂ ਹੁੰਦਾ। ਇਹ ਜਿਹੜਾ ਰੰਗ ਹੈ ਨਾ ਓਲਿਵ ਗ੍ਰੀਨ ਕਲਰ, ਇਹ ਰੰਗ ਬਹੁਤ ਸੋਹਣਾ, ਬਿਕੋਜ਼ ਇਹ ਰੰਗ ਬਰਾਊਨ ਟੋਨ ਵੀ ਦੇ ਰਿਹਾ ਆਪਾਂ ਨੂੰ, ਗ੍ਰੀਨ ਟੋਨ ਵੀ ਦੇ ਰਿਹਾ, ਬਟ ਮੋਰ ਆਫ ਬਰਾਊਨ ਟੋਨ। ਸੋ ਮੇਰੇ ਵਾਸਤੇ ਇਹ ਰੰਗ ਬਹੁਤ ਡਿਫਰੈਂਟ ਆ, ਇਸ ਸਾਲ ਵਾਸਤੇ ਟਰਾਈ ਕਰਨਾ ਤੁਹਾਨੂੰ ਜ਼ਰੂਰ ਚਾਹੀਦਾ। ਸੋ ਯੂ ਹੈਵ ਟੂ ਟਰਾਈ ਦਿਸ ਕਲਰ, ਦਿਸ ਇਜ਼ ਓਲਿਵ ਗ੍ਰੀਨ ਟਰਬਨ ਕਲਰ। ਇਹਦਾ ਟਾਈ ਦੇਖੋ ਕਿੰਨੀ ਸੋਹਣੀ ਮੈਚ ਕਰ ਰਹੀ ਆ, ਮੈਂ ਆਲਰੇਡੀ ਬਹੁਤ ਸਾਰੀ ਸ਼ੂਟਸ ਕਰ ਚੁੱਕਿਆ ਇਸ ਕੰਬੀਨੇਸ਼ਨ ਦੇ ਨਾਲ। ਯੂ ਕੈਨ ਗੋ ਟੂ ਮਾਈ ਇੰਸਟਾਗ੍ਰਾਮ, ਚੈੱਕ ਇਟ ਆਊਟ। ਇਹ ਹੈ ਜੀ ਆਪਣੀ ਓਲਿਵ ਗ੍ਰੀਨ ਟਰਬਨ, ਮਸਟ ਟਰਾਈ। ਟਰਬਨ ਕਲਰ ਨੰਬਰ 3 ਇਜ਼ ਅਗੇਨ ਗ੍ਰੀਨ, ਦਿਸ ਟਾਈਮ ਇਟ ਇਜ਼ ਪਿਸਤਾ ਗ੍ਰੀਨ ਕਲਰ। ਮੇਰਾ ਬਹੁਤ ਫੇਵਰੇਟ ਕਲਰ ਆ ਜੀ, ਮੈਂ ਸਮਰਸ ਵਿੱਚ ਸਪੈਸ਼ਲੀ ਇਹਨੂੰ ਬਹੁਤ ਜ਼ਿਆਦਾ ਬੰਨਦਾ ਹੁੰਦਾ ਆਪਣੀ ਚੈੱਕ ਸ਼ਰਟਸ ਦੇ ਨਾਲ, ਆਪਣੀ ਟੀ ਸ਼ਰਟਸ ਦੇ ਨਾਲ। ਬਹੁਤ ਡਿਫਰੈਂਟ ਅਤੇ ਬਹੁਤ ਪਿਆਰਾ ਕਲਰ ਹੈ ਜੀ। ਹੁਣ ਜੇ ਆਪਾਂ ਗੱਲ ਕਰੀਏ ਨਾ ਡਾਰਕ ਗ੍ਰੀਨ ਦੀ, ਡੈਫੀਨੇਟਲੀ ਆਪਾਂ ਵੀਡੀਓ ਲੈ ਕੇ ਆਵਾਂਗੇ ਡਾਰਕ ਕਲਰਸ ਦੇ ਬਾਰੇ ਵੀ ਸਪੈਸੀਫਿਕਲੀ,
ਅੱਜ ਅਸੀਂ ਗੱਲ ਕਰ ਰਹੇ ਹਾਂ ਜੀ ਲਾਈਟ ਬਾਰੇ। ਸੋ ਪਿਸਤਾ ਗ੍ਰੀਨ ਕਲਰ ਜਿਹੜਾ ਹੈਗਾ ਆ ਤੁਹਾਡੀ ਸ਼ਰਟਸ ਨਾਲ, ਆਊਟਫਿਟਸ ਨਾਲ ਬਹੁਤ ਸੋਹਣਾ ਮੈਚ ਕਰੂਗਾ। ਜੇ ਆਪਾਂ ਗੱਲ ਕਰੀਏ ਨਿਓਨ ਗ੍ਰੀਨ ਦੀ, ਨਹੀਂ ਬਹੁਤ ਘੱਟ ਅਸੀਂ ਬੰਨਦੇ ਹਾਂ। ਡਾਰਕ ਗ੍ਰੀਨ ਦੀ ਵੀ ਘੱਟ ਬੰਨਦੇ ਹਾਂ ਅਸੀਂ, ਜਿਹੜਾ ਕਲਰ ਇਹ ਵਾਲਾ ਪਿਸਤਾ ਗ੍ਰੀਨ ਅਸੀਂ ਮੋਸਟਲੀ ਆਊਟਫਿਟਸ ਦੇ ਨਾਲ ਇਹ ਬੰਨ ਸਕਦੇ ਹਾਂ। ਫੋਰ ਐਗਜ਼ਾਮਪਲ ਮੈਂ ਇੱਥੇ ਦੇਖੋ ਚੈੱਕ ਸ਼ਰਟ ਦੇ ਨਾਲ ਕਿੰਨਾ ਸੋਹਣਾ ਕੰਟਰਾਸਟ ਬਣਾ ਕੇ ਇਹ ਪੱਗ ਨੂੰ ਬੰਨੇ ਆ। ਹਾਲਾਂਕਿ ਸ਼ਰਟ ਵਿੱਚ ਹਲਕਾ ਜਿਹਾ ਪਿੰਕਿਸ਼ ਜੀ ਟੋਨ ਆ ਰਹੀ ਹੈ, ਬਟ ਸਟਿਲ ਇਹ ਮੈਚ ਕਰ ਰਿਹਾ ਆਊਟਫਿਟ ਨਾਲ। ਪਤਾ ਨਹੀਂ ਕਿਉਂ ਕੰਪਲੀਟ ਕਰਦਾ ਇਹ ਟਰਬਨ ਕਲਰ ਆਪਣੀ ਹਰ ਇੱਕ ਆਊਟਫਿਟ ਨੂੰ। ਸੋ ਡੈਫੀਨੇਟਲੀ ਟਰਾਈ ਕਰਿਓ ਇਸ ਵਾਰੀ ਪਿਸਤਾ ਗ੍ਰੀਨ ਟਰਬਨ ਕਲਰ। ਇਸ ਤੋਂ ਪਹਿਲਾਂ ਕਿ ਮੈਂ ਟਰਬਨ ਕਲਰ ਨੰਬਰ 4 ਬਾਰੇ ਗੱਲ ਕਰਾਂ, ਤੁਸੀਂ ਇਹ ਦੇਖੋ ਵੀ ਮੇਰੇ ਲਈ ਕਿੰਨਾ ਮੁਸ਼ਕਿਲ ਆ ਟਰਬਨ ਨੂੰ ਚੂਜ਼ ਕਰਨਾ, ਬਿਕੋਜ਼ ਤੁਹਾਨੂੰ ਗਾਈਡ ਕਰਨ ਵਾਲਾ ਮੈਂ ਹੈਗਾ, ਤੁਸੀਂ ਕਿਹੜੀ ਟਰਬਨ ਬਾਏ ਕਰਨੀ ਹੈ ਇਸ ਸੀਜ਼ਨ, ਕਿਹੜੀ ਟਰਬਨ ਬਾਏ ਨਹੀਂ ਕਰਨੀ ਹੈਗੀ, ਬਟ ਮੈਨੂੰ ਸਮਝਾਉਣ ਵਾਲਾ ਕੋਈ ਨਹੀਂ ਹੈਗਾ। ਬਟ ਯੈਸ, ਮੇਰੀ ਚੋਇਸ ਇੰਨੀ ਕੁ ਵਧੀਆ, ਤੁਹਾਨੂੰ ਪਸੰਦ ਜ਼ਰੂਰ ਆ ਜਾਂਦੀ ਹੈ। ਸੋ ਮੇਕ ਸ਼ੋਰ ਤੁਸੀਂ ਮੇਰੇ ਨਾਲ ਬਣੇ ਰਹੋ ਇਸ ਤਰੀਕੇ ਦੇ ਨਾਲ, ਤੁਸੀਂ ਮੈਨੂੰ ਬਹੁਤ ਪਿਆਰ ਕਰਦੇ ਹੋ, ਸਪੋਰਟ ਕਰਦੇ ਹੋ, ਇੱਦਾਂ ਹੀ ਕਰਦੇ ਰਹੋ। ਮੇਕ ਸ਼ੋਰ ਯੂ ਗਾਇਸ ਸਬਸਕ੍ਰਾਈਬ ਚੈਨਲ ਰਾਈਟ ਨਾਓ। ਐਂਡ ਆਪਾਂ ਹੁਣ ਗੱਲ ਕਰਦੇ ਹਾਂ ਟਰਬਨ ਕਲਰ ਨੰਬਰ 4 ਬਾਰੇ, ਐਂਡ ਦੈਟ ਇਜ਼ ਏਅਰ ਫੋਰਸ ਬਲੂ। ਆਪਾਂ ਗੱਲ ਕੀਤੀ ਸੀ ਲਾਸਟ ਵੀਡੀਓ ਵਿੱਚ ਬਲੂ ਬਾਰੇ ਕਿ ਅਸੀਂ ਨੇਵੀ ਤੋਂ ਹਟ ਕੇ, ਸਕਾਈ ਤੋਂ ਹਟ ਕੇ ਪੱਗ ਬੰਨਾਂਗੇ, ਕਿਹੜੀ? ਯੇਲ ਬਲੂ। ਐਂਡ ਇਨ ਦਿਸ ਵੀਡੀਓ ਵੀ ਆਰ ਗੋਇੰਗ ਟੂ ਟਾਕ ਅਬਾਊਟ ਦਿਸ ਏਅਰ ਫੋਰਸ ਬਲੂ ਟਰਬਨ, ਬਿਕੋਜ਼ ਇਹ ਜਿਹੜੀ ਟਰਬਨ ਹੈਗੀ ਆ ਇਹ ਵੀ ਬਹੁਤ ਡਿਫਰੈਂਟ ਆ, ਹਟ ਕੇ ਆ। ਜੇ ਆਪਾਂ ਗੱਲ ਕਰੀਏ ਲਾਈਟ ਬਲੂ ਟੋਨ ਦੀ ਸਾਈਡ ਤੋਂ, ਤਾਂ ਡੈਫੀਨੇਟਲੀ ਇਹ ਟਰਬਨ ਇੱਕ ਯੂਨੀਕ ਕਲਰ ਆ। ਤੁਹਾਡੀ ਬਲੈਕ ਸ਼ਰਟ ਦੇ ਨਾਲ ਇਹ ਬਹੁਤ ਸੋਹਣੀ ਲੱਗੂਗੀ, ਵਾਈਟ ਸ਼ਰਟ ਦੇ ਨਾਲ ਸੋਹਣੀ ਲੱਗੂਗੀ। ਓਬਵੀਅਸਲੀ ਕੋਂਬੀਨੇਸ਼ਨ ਇਹਦਾ ਕ੍ਰੀਏਟ ਕਰਨਾ ਹਰ ਇੱਕ ਚੀਜ਼ ਨਾਲ ਥੋੜ੍ਹਾ ਜਿਹਾ ਚੈਲੇਂਜਿੰਗ ਹੈਗਾ, ਬਟ ਅਗੇਨ ਜੇ ਅਸੀਂ ਗੱਲ ਕਰਦੇ ਹਾਂ ਯੂਨੀਕ ਕਲਰ ਦੀ, ਤਾਂ ਡੈਫੀਨੇਟਲੀ ਦਿਸ ਇਜ਼ ਦੀ ਵਨ। ਕਲਰਸ ਨੂੰ ਲੈ ਕੇ ਬਹੁਤ ਡਿਫਾਈਂਡ ਹੋ ਜਾਓ, ਬਿਕੋਜ਼ ਤੁਸੀਂ ਜੇ ਕੱਲ੍ਹ ਨੂੰ ਕਿਸੇ ਸ਼ੋਪ 'ਤੇ ਜਾਂਦੇ ਹੋ, ਤੁਸੀਂ ਜੇ ਕਹਿਣਾ ਉੱਥੇ ਏਅਰ ਫੋਰਸ ਬਲੂ, ਉਹਨੂੰ ਪਛਾਣ ਨਾ ਵੀ ਤੁਸੀਂ ਸਮਝਾਉਣਾ ਆ ਵੀ ਏਅਰ ਫੋਰਸ ਕਲਰ ਇਹ ਹੁੰਦਾ ਆ, ਠੀਕ ਆ। ਹੁਣ ਫੋਰ ਐਗਜ਼ਾਮਪਲ ਆਪਣੇ NCC ਕੈਂਪ ਆਪਾਂ ਸਕੂਲ 'ਚ ਯਾਦ ਆ ਕੀਤੇ ਸੀ, ਕੈਂਪਿੰਗ ਸਕੂਲ ਵਿੱਚ NCC ਦੀ, ਉੱਥੇ ਆਪਣੀਆਂ 3 ਸੀ ਹੁੰਦੀਆਂ ਯੂਨੀਫਾਰਮ, 3 ਕੈਟਾਗਰੀ ਸੀਗੀ ਬੇਸਿਕਲੀ। ਨੇਵਲ ਸੀਗੀ ਜਿਹਨੂੰ ਆਪਾਂ ਨੇਵੀ 'ਚ ਕਹਿੰਦੇ ਹਾਂ, ਏਅਰ ਵਿੰਗ ਸੀਗੀ ਜਿਹੜੀ ਆਪਣੀ ਏਅਰ ਫੋਰਸ ਹੁੰਦੀ ਹੈ, ਐਂਡ ਨੰਬਰ 3 ਸੀਗੀ ਆਪਣੀ ਆਰਮੀ ਵਿੰਗ ਜਿਹੜੀ ਗਰਾਊਂਡ 'ਤੇ ਲੜਦੀ ਹੁੰਦੀ ਹੈ। ਸੋ ਮੇਰੀ ਸੀਗੀ ਏਅਰ ਵਿੰਗ, ਤਾਂ ਆਹ ਦੇਖੋ ਏਅਰ ਫੋਰਸ ਦਾ ਕਲਰ, ਜਿਹੜਾ ਨਾਮ ਆਪਾਂ ਉੱਥੋਂ ਆਖਾਂਗੇ ਆਪਣਾ ਏਅਰ ਫੋਰਸ, ਏਅਰ ਵਿੰਗ, ਯੈਸ ਨੇਵੀ ਡਰੈਸ, ਤਾਂ ਇਸ ਤਰੀਕੇ ਨਾਲ ਆਪਾਂ ਡਿਫਾਈਨਡ ਰਹਿਣਾ ਕਿ ਏਅਰ ਫੋਰਸ ਕਲਰ ਇਹ ਹੈ ਜੀ। ਨੈਕਸਟ ਕਲਰ, ਕਲਰ ਨੰਬਰ 5 ਇਜ਼ ਆਫ ਵਾਈਟ ਕਲਰ। ਦੇਖੋ ਤੁਸੀਂ ਜੇ ਚਾਹੁੰਦੇ ਹੋ ਤੁਹਾਡੀ ਲੁੱਕ ਥੋੜ੍ਹੀ ਜਿਹੀ ਸਰਦਾਰੀ ਅਤੇ ਰੋਬਦਾਰ ਲੁੱਕ ਆਵੇ, ਮੈਚਿਓਰ ਲੁੱਕ ਆਵੇ, ਸੋਬਰ ਅਤੇ ਓਬਵੀਅਸਲੀ ਹੋਣੀ ਚਾਹੀਦੀ ਆ, ਤਾਂ ਤੁਸੀਂ ਪੱਗ ਆਹ ਜ਼ਰੂਰ ਟਰਾਈ ਕਰਿਓ। ਤੁਸੀਂ ਆਪਣੇ ਡੈਡ ਜਾਂ ਆਪਣੇ ਗ੍ਰੈਂਡ ਪੇਰੈਂਟਸ ਦੇ ਪੱਗ ਬੰਨੀ ਜ਼ਰੂਰ ਦੇਖੀ ਹੋਊਗੀ ਆਫ ਵਾਈਟ, ਅਤੇ ਮੇਰੀ ਤਾਂ ਬਹੁਤ ਫੇਵਰੇਟ ਹੈ ਜੀ ਇਹ। ਆਪਾਂ ਨੂੰ ਪਤਾ ਨਹੀਂ ਕਿਉਂ ਲੁੱਕ ਨੂੰ ਬੜੀ ਜ਼ਿਆਦਾ ਰੋਇਲਟੀ ਅਤੇ ਬੜੀ ਜ਼ਿਆਦਾ ਰੋਬਦਾਰ ਜੀ ਸ਼ੋਅ ਕਰਦੀ ਹੈ। ਮੈਨੂੰ ਬਹੁਤ ਪਸੰਦ ਆ ਕਲਰ ਇਹ ਵਾਲਾ, ਦਿਸ ਇਜ਼ ਆਫ ਵਾਈਟ ਕਲਰ। ਦੇਖੋ ਕਿੰਨਾ ਸੋਹਣਾ ਗ੍ਰੇਸਫੁੱਲ ਆ ਰਿਹਾ ਇਹ ਕਲਰ ਇਸ ਆਊਟਫਿਟ ਦੇ ਨਾਲ, ਕੰਪਲੀਟ ਕਰ ਰਿਹਾ ਇਸ ਲੁੱਕ ਨੂੰ। ਆਹ ਫੋਟੋ ਦੇਖੋਗੇ ਤਾਂ ਇਸ ਟਾਈ ਦੇ ਨਾਲ ਕੋਂਬੀਨੇਸ਼ਨ ਕਿੰਨਾ ਸੋਹਣਾ ਬਣ ਕੇ ਆ ਰਿਹਾ, ਬਹੁਤ ਯੂਨੀਕ ਆ। ਜ਼ਰੂਰ ਟਰਾਈ ਕਰਿਓ ਇਹ ਟਰਬਨ ਇਸ ਸਾਲ ਆਫ ਵਾਈਟ ਟਰਬਨ। ਆਪਣੇ ਡੈਡ ਨੂੰ ਰਿਕਮੈਂਡ ਜ਼ਰੂਰ ਕਰਿਓ ਜੇ ਉਹਨਾਂ ਕੋਲ ਪੱਗ ਇਹ ਨਹੀਂ ਹੈਗੀ। ਕਲਰ ਨੰਬਰ 6 ਇਜ਼ ਰੋਜ਼ ਕਲਰ। ਦੇਖੋ ਆਪਾਂ ਲਾਸਟ ਵੀਡੀਓ ਵਿੱਚ ਗੱਲ ਕੀਤੀ ਸੀਗੀ ਪਿੰਕ ਬਾਰੇ, ਦੈਟ ਵਾਜ਼ ਪੰਚ ਪਿੰਕ ਕਲਰ, ਹਲਕਾ ਜਿਹਾ ਡਾਰਕ ਸੀ ਇਸ ਤੋਂ, ਇਹ ਹੈਗਾ ਜੀ ਹਲਕਾ ਜਿਹਾ ਸਟਲ ਰੋਜ਼ ਕਲਰ ਹੈ। ਬਿਕੋਜ਼ ਮੈਨੂੰ ਪਤਾ ਮੈਂ ਖੁਦ ਕੌਨਫੀਡੈਂਟ ਫੀਲ ਨਹੀਂ ਕਰਦਾ ਹੈਗਾ ਬਹੁਤ ਬੇਬੀ ਪਿੰਕ ਜਾਂ ਬਹੁਤ ਲਾਈਟ ਪਿੰਕ ਦੇ ਵਿੱਚ, ਸਕਿਨ ਟੋਨ ਹਲਕੀ ਜਿਹੀ ਡਾਰਕ ਲੱਗਦੀ ਆ, ਬਟ ਜਿਹੜਾ ਕਲਰ ਇਹ ਵਾਲਾ ਰੋਜ਼ ਪਿੰਕ ਕਲਰ ਆ, ਤੁਹਾਡੀ ਸਕਿਨ ਟੋਨ ਨੂੰ ਵੀ ਵਧੀਆ ਲੱਗੂਗਾ, ਐਂਡ ਤੁਹਾਨੂੰ ਪਤਾ ਨਹੀਂ ਕਿਉਂ ਕੌਨਫੀਡੈਂਟ ਫੀਲ ਹੋਊਗਾ ਇਹ ਪੱਗ ਨੂੰ ਬੰਨ ਕੇ। ਤਾਂ ਇਸ ਸਾਲ ਇਹ ਪੱਗ ਜ਼ਰੂਰ ਟਰਾਈ ਕਰਿਓ ਰੋਜ਼ ਪਿੰਕ ਕਲਰ। ਮੈਂ ਹਮੇਸ਼ਾ ਆਪਣੇ ਚਿੱਟੇ ਕੁੜਤੇ ਪਜਾਮੇ ਦੇ ਨਾਲ, ਇਨਫੈਕਟ ਆਹ ਦੇਖ ਫੋਟੋਜ਼, ਵਾਈਟ ਕੁੜਤਾ ਪਜਾਮਾ, ਜਾਂ ਅਸੀਂ ਗੱਲ ਕਰੀਏ ਵਾਈਟ ਸ਼ਰਟ ਦੇ ਨਾਲ, ਮੈਂ ਡੈਫੀਨੇਟਲੀ ਪੱਗ ਬੰਨਦਾ ਹੁੰਦਾ ਜੀ ਰੋਜ਼ ਪਿੰਕ। ਤਾਂ ਤੁਸੀਂ ਜ਼ਰੂਰ ਟਰਾਈ ਕਰਿਓ, ਤੁਸੀਂ ਜੇ ਥੋੜ੍ਹੇ ਜਿਹੇ ਵੀ
ਪਿੰਕ ਕਲਰ ਦੇ ਫੈਨ ਹੈਗੇ। ਖਾਖੀ ਕਲਰ, ਦੇਖੋ ਜੀ ਆਹ ਹੈਗਾ ਆਪਣਾ ਖਾਖੀ ਟਰਬਨ ਕਲਰ, ਅਗੇਨ ਆਫ ਵਾਈਟ ਤੋਂ ਥੋੜ੍ਹਾ ਜਿਹਾ ਹਟ ਕੇ ਆ, ਬਰਾਊਨ ਟੋਨ ਤੋਂ ਥੋੜ੍ਹਾ ਜਿਹਾ ਹਟ ਕੇ ਆ, ਡਿਫਰੈਂਟ ਕਲਰ ਆ। ਮੈਨੂੰ ਸੀ ਫੀਲ ਹੁੰਦਾ ਕਿ ਆ ਥੋੜ੍ਹਾ ਜਿਹਾ ਓਲਡ ਏਜ ਕਲਰ ਆ, ਬਟ ਬੰਨਣ ਤੋਂ ਬਾਅਦ ਜਿਹੜੀ ਇਹਦੀ ਗਰੇਸ ਆਉਂਦੀ ਆ ਆਪਣੀ ਆਊਟਫਿਟਸ ਨਾਲ, ਬਹੁਤ ਪਾ ਕਮਾਲ ਹੈ ਜੀ। ਆਹ ਦੇਖੋ ਮੈਂ ਡਿਫਰੈਂਟ ਡਿਫਰੈਂਟ ਆਊਟਫਿਟਸ ਨਾਲ ਕਿਵੇਂ ਇਹਨੂੰ ਕ੍ਰੀਏਟ ਕੀਤਾ ਹੋਇਆ ਕੋਂਬੀਨੇਸ਼ਨ, ਅਤੇ ਬਹੁਤ ਸੋਹਣੀ ਲੁੱਕ ਆ ਰਹੀ ਆ। ਤਾਂ ਡੈਫੀਨੇਟਲੀ ਟਰਾਈ ਕਰਿਓ ਇਸ ਸਾਲ ਦਿਸ ਖਾਖੀ, ਬਹੁਤ ਸੋਹਣੀ ਲੁੱਕ ਆਉਣ ਵਾਲੀ ਹੈ ਤੁਹਾਡੀ ਇਸ ਸਾਲ ਇਹਨਾਂ ਟਰਬਨ ਕਲਰਸ ਨਾਲ। ਸੋ ਗਾਇਸ ਇਹ ਸੀ ਆਪਣੀ ਅੱਜ ਦੀ ਵੀਡੀਓ ਕੰਪਲੀਟ। ਅਸੀਂ ਗੱਲ ਕੀਤੀ 7 ਟਰਬਨ ਕਲਰਸ ਦੇ ਬਾਰੇ। ਨੈਕਸਟ ਵੀਡੀਓ ਆ ਰਹੀ ਹੈ ਜੀ ਪਰਫਿਊਮ ਉੱਤੇ। ਅਸੀਂ ਵੀਡੀਓ ਵੈਸੇ ਤਿਆਰ ਇਹ ਵੀ ਕਰ ਚੁੱਕੇ ਹਾਂ ਕਿ ਡਾਰਕ ਟਰਬਨ ਕਲਰਸ ਕਿਹੜੇ ਹੋਣਗੇ, ਬਟ ਮੈਂ ਚਾਹੁੰਦਾ ਕਿ ਆਪਾਂ ਥੋੜ੍ਹਾ ਜਿਹਾ ਚੇਂਜ ਲੈ ਕੇ ਆਈਏ। ਅਸੀਂ ਨੈਕਸਟ ਵੀਡੀਓ ਵਿੱਚ ਗੱਲ ਕਰਾਂਗੇ ਪਰਫਿਊਮਸ ਦੇ ਬਾਰੇ, ਕਿਹੜੇ ਪਰਫਿਊਮ ਆਪਾਂ ਇਸ ਸਾਲ ਯੂਜ਼ ਕਰਾਂਗੇ। ਸੋ ਵੀਡੀਓ ਬਹੁਤ ਵਧੀਆ ਆਉਂਦੀਆਂ ਪਈਆਂ ਨੇ। ਮੇਕ ਸ਼ੋਰ ਯੂ ਗਾਈਜ਼ ਸਟੇ ਅਪ ਟੂ ਡੇਟ ਵਿਦ ਐਵਰੀ ਇਨਫੋਰਮੇਸ਼ਨ ਰਿਗਾਰਡਿੰਗ ਦਿਸ ਚੈਨਲ। ਸਬਸਕ੍ਰਾਈਬ ਕਰ ਲਿਓ ਜੀ, ਆਪਣੇ ਫਰੈਂਡਸ ਤੱਕ ਵੀਡੀਓ ਸ਼ੇਅਰ ਕਰਿਓ ਜਿਹਨਾਂ ਨੂੰ ਲੋੜ ਹੁੰਦੀ ਆ ਇਹਨਾਂ ਚੀਜ਼ਾਂ ਬਾਰੇ ਨੌਲੇਜ ਲੈਣ ਦੀ। ਸ਼ੇਅਰ ਕਰੋਗੇ ਪਿਆਰ ਵੱਧਦਾ ਜੀ, ਮੇਰਾ ਹੌਸਲਾ ਵੱਧਦਾ। ਥੈਂਕ ਯੂ ਸੋ ਮੱਚ, ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਵਿੱਚ।